ਸਤਿ ਸ਼੍ਰੀ ਅਕਾਲ ਦੋਸਤੋ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 41-61 ਮਸਟ ਕੇਡਰ ਜੋ ਭਰਤੀ ਚੱਲ ਰਹੀ ਹੈ, ਇਸ ਭਰਤੀ ਉੱਤੇ ਲਗਾਤਾਰ ਕੋਰਟ ਕੇਸ ਲੱਗੀ ਜਾ ਰਹੇ ਹਨ ਅਤੇ ਇੱਕ ਨਵਾਂ ਕੋਰਟ ਕੇਸ ਹੋਰ ਸਾਹਮਣੇ ਆਇਆ ਅਤੇ ਇਸ ਤੋਂ ਪਹਿਲਾਂ ਵੀ 15 ਵਜੇ ਨੂੰ ਇੱਕ ਕੋਰਟ ਕੇਸ ਸਾਹਮਣੇ ਆਇਆ ਸੀ ਜੋ ਕਿ ਸਾਇੰਸ ਸਬਜੈਕਟ ਨਾਲ ਸੰਬੰਧਿਤ ਸੀ। ਜੋ ਸਾਇੰਸ ਸਬਜੈਕਟ ਵਿੱਚ ਕੈਂਡੀਡੇਟ ਸਿਲੈਕਟ ਹੋਏ ਨੇ ਉਹਨਾਂ ਜਵਾਇਨਿੰਗ ਬਾਰੇ ਸੀ, ਉਹਨਾਂ ਜਵਾਇਨਿੰਗ 18 ਮਈ ਤੱਕ ਰੋਕ ਲਾ ਦਿੱਤੀ ਗਈ ਹੈ। ਉਸ ਕੇਸ ਦੀ ਜੋ ਅਗਲੀ ਤਰੀਕ ਆ ਉਹ ਵੀ 18 ਮਈ ਹੈ ਅਤੇ ਇਹ ਕੋਰਟ ਕੇਸ ਨਵਾਂ ਹੈ ਜਿਸ ਜਿਹੜਾ ਹੈਗਾ ਰਜਿਸਟਰ 15 ਮਈ ਨੂੰ ਹੋਇਆ ਅਤੇ ਇਸ ਦੀ ਜੋ ਹੈਰੇ ਡੇਟ ਸੀ ਉਹ 16 ਮਈ ਸੀ। ਇਸ ਡੇਟ ਦੀ ਨੈਕਸਟ ਡੇਟ ਜਿਵੇਂ ਕਿ ਅੱਜ 17 ਮਈ ਹੈ। ਇਹ ਕੋਰਟ ਕੇਸ ਰਮਨਦੀਪ ਸਿੰਘ ਐਂਡ ਅਦਰ ਵੱਲੋਂ ਲਾਇਆ ਗਿਆ ਹੈ ਅਤੇ ਇਸ ਕੋਰਟ ਕੇਸ ਦੇ ਐਡਵੋਕੇਟ ਜਨਰਲ ਨੇ ਜੋ ਬਿਕਰਮਜੀਤ ਸਿੰਘ ਨੇ ਅਤੇ ਇਸ ਕੋਰਟ ਕੇਸ ਬਾਰੇ ਜੋ ਵੀ ਅੱਜ ਨਵੀਂ ਅਪਡੇਟ ਆਊਗੀ ਉਹ ਅਸੀਂ ਇਸ ਦਿਨ ਇਸ ਕੋਰਟ ਕੇਸ ਬਾਰੇ ਵੀਡੀਓ ਬਣਾ ਕੇ ਚੈਨਲ 'ਤੇ ਦੱਸ ਦੇਵਾਂਗੇ। ਜਿੱਥੇ ਤੱਕ ਸਾਨੂੰ ਜਾਣਕਾਰੀ ਹੈ, ਇਸ ਕੋਰਟ ਕੇਸ ਪੰਜਾਬੀ ਸਬਜੈਕਟ ਨਾਲ ਸੰਬੰਧਿਤ ਹੈ। ਜੋ ਪੰਜਾਬੀ ਸਬਜੈਕਟ ਵਿੱਚ ਆਂਸਰ ਕੀ ਨੂੰ ਲੈ ਕੇ ਜੋ ਕੈਂਡੀਡੇਟ ਬਾਹਰ ਹੋਏ ਹਨ, ਜਿਨ੍ਹਾਂ ਨੂੰ ਆਫਰ ਲੈਟਰ ਮਿਲ ਗਿਆ ਸੀ ਅਤੇ ਆਂਸਰ ਕੀ ਚਾਰਬਾਜ਼ ਹੋਈ, ਉਹ ਕੈਂਡੀਡੇਟ ਬਾਹਰ ਹੋ ਗਏ ਅਤੇ ਉਹਨਾਂ ਵੱਲੋਂ ਇਹ ਕੇਸ ਲਾਇਆ ਗਿਆ ਹੈ। ਜੋ ਵੀ ਇਸ ਕੇਸ ਬਾਰੇ ਨਵੀਂ ਅਪਡੇਟ ਆਊਗੀ ਤੁਹਾਨੂੰ ਅਸੀਂ ਆਪਣੇ ਚੈਨਲ ਉੱਤੇ ਵੀਡੀਓ ਬਣਾ ਕੇ ਦੱਸ ਦੇਵਾਂਗੇ। ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਤਾਂ ਕਿ ਤੁਹਾਡੇ ਤੱਕ ਮਾਸਟਰ ਕੇਡਰ ਨਾਲ ਸੰਬੰਧਿਤ, ETT ਨਾਲ ਸੰਬੰਧਿਤ, 41-61 ਭਰਤੀ ਨਾਲ ਸੰਬੰਧਿਤ ਜੋ ਵੀ ਇਸ ਕੇਸ ਬਾਰੇ ਨਵੀਂ ਅਪਡੇਟ ਆਊਗੀ ਜਿਸ ਦੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇਗੀ।